ਸਸਿਕਾ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਡ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਜਿਸਦੇ ਵਿੱਚ ਅਗਰ ਮੈਂ ਗੱਲ ਕਰਾਂ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ 에ਅਰਪੋਰਟ ਦੇ ਵਿੱਚ ਆਊਟ ਕਰ ਦਿੱਤੀਆਂ ਗਈਆਂ ਨੇ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਪਪ ਵੈਕੈਂਸੀਸ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਸ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google ਜਾਣਾ ਹੈ ਔਰ ਉੱਥੇ ਜਾ ਕੇ ਤੁਸੀਂ ਟਾਈਪ ਕਰਨਾ ਹੋਏਗਾ www.cleary.com ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਹੀ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਦਾ ਲਿੰਕ ਡ ਚੱਲਦੀਆਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੇ ਆਂ ਲੋਕੇਸ਼ਨ ਦੀ ਇਹ ਅੰਮ੍ਰਿਤਸਰ ਜਿਹੜਾ 에ਰਪੋਰਟ ਹੈ ਜੀ ਉੱਥੇ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਠੀਕ ਹੈ ਜੀ ਉੱਥੇ ਇਹ ਵੈਕੈਂਸੀਜ਼ ਦੇ ਲਈ ਤੁਹਾਡੀ ਲੋਕੇਸ਼ਨ ਜਿਹੜੀ ਹੋ ਰਵੇਗੀ 에ਰਪੋਰਟ ਜਿਹੜਾ ਅੰਮ੍ਰਿਤਸਰ ਵਾਲਾ ਹੈ ਉੱਥੇ ਇਸ ਦੇ ਵਿੱਚ ਸਭ ਤੋਂ ਪਹਿਲੀ ਵੈਕੈਂਸੀ ਹੈ ਡਿਪਟੀ ਟਰਮੀਨਲ ਮੈਨੇਜਰ ਦੀ ਉਸ ਤੋਂ ਬਾਅਦ ਹੈ ਡਿਪਟੀ ਮੈਨੇਜਰ ਰੈਂਪ ਮੇਨਟੇਨੈਂਸ ਦੀਆਂ 2 ਵੈਕੈਂਸੀਸ ਨੇ ਡਿਪਟੀ ਮੈਨੇਜਰ ਪੈਸੇਂਜਰ ਦੀ 1 ਵੈਕੈਂਸੀ ਹੈ ਜੀ ਡਿਪਟੀ ਆਫੀਸਰ ਦੀ ਪੈਸੇਂਜਰ ਦੀ 3 ਵੈਕੈਂਸੀ ਜੂਨੀਅਰ ਆਫੀਸਰ ਟੈਕਨੀਕਲ ਦੀਆਂ 4 ਵੈਕੈਂਸੀਸ ਨੇ ਤੇ ਕਸਟਮਰ ਸਰਵਿਸ ਐਗਜ਼ੀਕਿਊਟਿਵ ਦੀਆਂ ਜਿਹੜੀਆਂ ਨੇ 52 ਵੈਕੈਂਸੀਸ ਆਊਟ ਕੀਤੀਆਂ ਗਈਆਂ ਨੇ ਕਸਟਮਰ ਕੇਅਰ ਐਗਜ਼ੀਕਿਊਟਿਵ ਦੀ 28 ਦਸੰਬਰ ਤੱਕ ਜਿਹੜੀ 28 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ 9:30 ਵਜੇ ਤੋਂ ਲੈ ਕੇ 12 ਵਜੇ ਤੱਕ ਤੁਹਾਡੀ ਇੰਟਰਵਿਊ ਹੋਣੀ ਹੈ ਮਤਲਬ 9:30 ਵਜੇ ਸਟਾਰ 27 ਤੋਂ ਲੈ ਕੇ 28 ਦਸੰਬਰ ਨੂੰ ਹੋਣੀ ਹੈ 9:30 ਤੋਂ ਲੈ ਕੇ 12:30 ਤੱਕ ਇਹ ਟਾਈਮਿੰਗ ਜਿਹੜੀ ਹੈ ਸੇਮ ਰਹੇਗੀ ਜੀ ਕੋਈ ਅਲੱਗ ਤੋਂ ਤੁਹਾਨੂੰ ਇਸ ਦੇ ਵਿੱਚ ਕੋਈ ਮਤਲਬ ਇਨਵੀਟੇਸ਼ਨ ਨਹੀਂ ਭੇਜਿਆ ਜਾਵੇਗਾ ਠੀਕ ਹੈ ਜੀ ਸੋ ਇਸ ਦੇ ਵਿੱਚ 에어ਪੋਰਟ ਅਥਾਰਟੀ ਸਰਵਿਸ ਲਿਮਟਿਡ ਵੱਲੋਂ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਆਊਟ ਕੀਤਾ ਗਿਆ ਹੈ ਜੀ ਔਰ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਿਹੜੀਆਂ ਵੈਕੈਂਸੀਜ਼ ਨੇ ਸਭ ਤੋਂ ਪਹਿਲੀ ਜਿਹੜੀ ਵੈਕੈਂਸੀ ਹੈ ਡਿਪਟੀ ਟਰਮੀਨਲ ਮੈਨੇਜਰ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਠੀਕ ਹੈ ਜੀ ਉਹ 얘 ਦੇ ਲਈ ਅਪਲਾਈ ਕਰ ਸਕਦੇ ਨੇ 18 ਇਅਰ ਦਾ ਵਰਕ ਐਕਸਪੀਰੀਅੰਸ ਰਿਕੁਆਇਰਡ ਹੈ ਠੀਕ ਹੈ ਜੀ ਵਰਕ ਐਕਸਪੀਰੀਅੰਸ ਰਿਕੁਆਇਰਡ ਹੈ ਐਮ ਡੀ ਜਿਨ੍ਹਾਂ ਨੇ ਐਮ ਪੀਏ ਕੀਤਾ ਹੋਇਆ ਹੈ ਠੀਕ ਹੈ ਜੀ ਫੁੱਲ ਟਾਈਮ ਉਹਨਾਂ ਨੂੰ 15 ਸਾਲ ਦਾ ਤੇ ਇਸ ਦੇ ਵਿੱਚ ਤੁਹਾਡਾ ਪੈਸੇਂਜਰ ਹੈਂਡਲਿੰਗ ਦਾ ਨੋਲਜ ਹੋਣੀ ਜ਼ਰੂਰੀ ਹੋਵੇਗੀ ਇਹ ਆਫੀਸਰ ਐਕਚੁਅਲੀ ਇਹ ਜਿਹੜੀਆਂ ਵੈਕੈਂਸੀਜ਼ ਨੇ ਮੈਨੇਜਰ ਲੈਵਲ ਦੀਆਂ ਨੇ ਉਹ ਵੀ ਡਿਪਟੀ ਮੈਨੇਜਰ ਦੀਆਂ ਠੀਕ ਹੈ ਜ ਇਸ ਦੇ ਵਿੱਚ 60000 ਤੁਹਾਡੀ ਸੈਲਰੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਇਸ ਦੇ ਵਿੱਚ 55 ਸਾਲ ਤੱਕ ਦੇ ਕੈਂਡੀਡੇਟ ਨੇ ਕੁਲਿਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ ਨੈਕਸਟ ਪੋਸਟ ਦੀ ਜੋ ਕਿ ਡਿਪਟੀ ਮੈਨੇਜਰ ਰੈਂਪ ਮੇਨਟੇਨੈਂਸ ਦੀ ਹੈ ਇਹਦੇ ਵਿੱਚ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਠੀਕ ਹੈ ਜੀ 18 ਸਾਲ ਦਾ ਐਕਸਪੀਰੀਅੰਸ ਹੈਗਾ ਅਪਲਾਈ ਕਰ ਸਕਦੇ ਹੋ ਇਸ ਵਿੱਚ ਵੀ 60000 ਤੱਕ ਤੁਹਾਡੀ ਸੈਲਰੀ ਰਹੇਗੀ ਔਰ 55 ਸਾਲ ਤੱਕ ਦੇ ਕੈਂਡੀਡੇਟ ਦੇ ਲਈ ਵੀ ਐਲੀਜੀਬਲ ਨੇ ਅਪਲਾਈ ਜਿਹੜੇ ਨੇ ਉਹ ਕਰ ਸਕਦੇ ਨੇ ਉਸ ਤੋਂ ਬਾਅਦ ਨੈਕਸਟ ਹੈਗੀ ਹੈ ਜੀ ਜਿਹੜੀ ਡਿਪਟੀ ਮੈਨੇਜਰ ਪੈਸੇਂਜਰ 1000 ਤੱਕ ਤੁਹਾਡੀ ਸੈਲਰੀ ਔਰ 55 ਸਾਲ ਤੱਕ ਦੇ ਕੈਂਡੀਡੇਟ ਨੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ تھے ਜੋ ਕਿ ਡਿਊਟੀ ਆਫੀਸਰ ਦੀ ਪੈਸੇਂਜਰ ਦੀ ਵੈਕੈਂਸੀ ਹੈ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤਾ ਹੋਇਆ ਹੈ ਠੀਕ ਹੈ ਜੀ ਵਿਦ 12 ਇਅਰ ਐਕਸਪੀਰੀਅੰਸ ਉਹਨਾਂ ਨੂੰ ਹੈਗਾ ਪੈਸੇਂਜਰ ਹੈਂਡਲਿੰਗ ਦਾ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ 32 200 ਤੁਹਾਡੀ ਸੈਲਰੀ ਹੋਵੇਗੀ ਪਲੱਸ 50 ਸਾਲ ਤੱਕ ਦੇ ਕੈਂਡੀਡੇਟ ਨੇ ਓਲਿਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਉਸ ਤੋਂ ਬਾਅਦ ਨੈਕਸਟ ਪੋਸਟ ਜਿਹੜੀ ਹੈਗੀ ਹੈ ਜੀ ਜੂਨੀਅਰ ਆਫੀਸਰ ਟੈਕਨੀਕਲ ਦੀ ਹੈ ਜਿੱਚ ਫੁੱਲ ਟਾਈਮ ਬੈਚਲਰ ਇੰਜੀਨੀਅਰਿੰਗ ਤੁਸੀਂ ਕੀਤੀ ਹੈ ਮੈਕੈਨੀਕਲ ਆਟੋਮੋਬਾਈਲ ਪ੍ਰੋਡਕਸ਼ਨ ਸਕਦੇ ਨੇ ਉਹਨਾਂ ਨੂੰ ਐਨਲਵੀ ਐਲਐਮਵੀ ਜਿਹੜਾ ਲਾਇਸੈਂਸ ਹੈ ਉਹ ਉਹਨਾਂ ਨੂੰ ਜ਼ਰੂਰੀ ਹੋਵੇਗਾ ਜੋ ਕਿ ਪਲੱਸ ਜਿਹੜਾ ਹੈਵੀ ਮੋਟਰ ਵੀਕਲ ਡਰਾਈਵਿੰਗ ਲਾਇਸੈਂਸ ਹੈ ਉਹ ਉਹਨਾਂ ਨੂੰ ਹੋਣਾ ਜ਼ਰੂਰੀ ਹੈ 28 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਔਰ ਇਥੇ ਤੁਹਾਡੀ ਸੈਲਰੀ 28200 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਤੇ ਜਿਹੜੇ ਕੈਂਡੀਡੇਟ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਇਥੇ 5 ਸਾਲ ਦੀ ਏਜ ਰੈਲੈਕਸੇਸ਼ਨ ਜਿਹੜੀ ਹੈ ਦਿੱਤੀ ਜਾਵੇਗੀ ਤੁਸੀਂ ਚੈੱਕ ਕਰ ਲੈਣਾ ਆਪਣੀ ਜਿਹੜੀ ਵੀ ਤੁਹਾਡੀ ਕੈਟਾਗਰੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਸ ਤੋਂ ਬਾਅਦ ਆਂਦਾ ਜੀ ਕਸਟਮਰ ਸਰਵਿਸ ਐਗਜ਼ੀਕਿ ਏਅਰਲਾਈਨ ਜੀਐਚਏ ਕਾਰਗੋ ਏਅਰਲਾਈਨ ਟਿਕਟ ਐਕਸਪੀਰੀਅੰਸ ਹੈਗਾ ਜਾਂ ਫਿਰ ਡਿਪਲੋਮਾ ਕੀਤਾ ਹੋਇਆ ਜਾਂ ਸਰਟੀਫਾਈਡ ਕੋਰਸ ਕੀਤਾ ਹੈ ਜਿੱਦਾਂ ਕਿ ਡਿਪਲੋਮਾ ਉਹਨਾਂ ਨੇ ਕੀਤਾ ਹੈ ਤਾਂ ਉਹ ਵੀ ਅਪਲਾਈ ਕਰ ਸਕਦੇ ਨੇ ਲੇ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾਵੇਗੀ ਲੇਕਿਨ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਉਹ ਵੀ ਅਪਲਾਈ ਕਰ ਪਾਨਗੇ 23640 ਤੋਂ ਉੱਪਰ ਸੈਲਰੀ ਇਸ ਦੇ ਵਿੱਚ ਰਹਿਣ ਵਾਲੀ ਹੈ ਜੀ ਜਨਰਲ ਦੇ ਲਈ 28 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ ਜਿਹੜੇ ਕੈਂਡੀਡੇਟ OBC ਨੂੰ ਬਿਲੋਂਗ ਕਰਦੇ ਨੇ 3 ਸਾਲ ਤੇ ਜਿਹੜੇ SC ST ਨੂੰ ਬਿਲੌਗ ਕਰਦੇ 5 ਸਾਲ ਦੀ ਏਜ ਰੈਲੈਕ ਤੇ ਤੁਹਾਡੀ ਗੁੱਡ ਕਮਾਂਡ ਓਵਰ ਸਪੋਕਨ ਐਂਡ ਰਿਟਨ ਇੰਗਲਿਸ਼ ਅਪਾਰਟ ਫਰਮ ਥੈਟ ਹਿੰਦੀ ਮਤਲਬ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਜਿਹੜੀ ਤੁਹਾਡੀ ਸਪੀਕਿੰਗ ਔਰ ਤੁਹਾਡੀ ਰਾਈਟਿੰਗ ਜਿਹੜੀ ਹੈ ਉਹ ਸਕਿੱਲ ਜਿਹੜੇ ਨੇ ਉਹ ਹੁਣੇ ਜ਼ਰੂਰੀ ਹੋਣਗੇ ਠੀਕ ਹੈ ਜੀ ਉਹਨਾਂ ਦੀ ਵਧੀਆ ਕਮਾਂਡ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਤੁਹਾਡੀ ਇੰਟਰਵਿਊ ਹੋਣੀ ਹੈ ਉਸੇ ਦੇ ਬੇਸਿਸ ਤੇ ਤੁਹਾਡੀ ਜਿਹੜੀ ਹੈ ਜੀ ਉਹ ਸਿਲੈਕਸ਼ਨ ਹੋਏਗੀ 1 ਦਸੰਬਰ ਨੂੰ ਵਾਕ ਇਨ ਇੰਟਰਵਿਊ ਹੋਣਾ ਹੈ ਠੀਕ ਹੈ ਜੀ ਵਾਕ ਇਨ ਤੁਸੀਂ ਇੱਥੇ ਜਾਣਾ ਹੈ ਵੈਨਿਊ ਦੇ ਉੱਪਰ ਤੇ ਐਪਲੀਕੇਸ਼ਨ ਫੀ ਜਿਹੜੀ 500 ਰੁਪੀਜ਼ ਹੈ ਡਿਮਾਂਡ ਡਰਾਫਟ ਜ ਠੀਕ ਹੈ ਜੀ ਔਰ ਇਸ ਦੇ ਵਿੱਚ ਜਿਹੜੀ ਹੈ ਜੋ-ਜੋ ਚੀਜ਼ ਤੁਸੀਂ ਲੈ ਕੇ ਆਉਣੀਆਂ ਨੇ ਉਹ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਜੋ-ਜੋ ਇਹਨਾਂ ਨੇ ਆਪਣੀ ਵੈਬਸਾਈਟ ਜੋ ਕਿ aiasl.in ਤੇ ਜਿਹੜਾ ਨੋਟੀਫਿਕੇਸ਼ਨ ਹੈ ਉਹ ਆਲਰੇਡੀ ਅਪਲੋਡ ਕਰ ਦਿੱਤਾ ਹੈ ਚੈੱਕ ਕਰ ਲਿਓ ਮੈਂ ਲਿੰਕ ਵਾਸਤੇ ਡਿਸਕ੍ਰਿਪਸ਼ਨ ਚ ਡਾਇਰੈਕਟ ਵੀ ਤੁਹਾਨੂੰ ਦੇ ਦਵਾਂਗਾ ਜਨਰਲ ਇਨਸਟਰਕਸ਼ਨਸ ਤੋਂ ਲੈ ਕੇ ਇੱਥੇ ਹਰ ਇੱਕ ਡਿਟੇਲ ਜਿਹੜੀਆਂ ਨੇ ਉਹ ਮੈਂਸ਼ਨ ਕੀਤੀਆਂ ਹੋਈਆਂ ਨੇ ਤੇ ਇਹਦੇ ਐਪਲੀਕੇਸ਼ਨ ਫਾਰਮ ਵੀ ਨਾਲ ਹੀ ਇਹਨਾਂ ਨੇ ਦਿੱਤਾ ਹੋਇਆ ਇਹਨੂੰ ਭਰ ਕੇ ਤੁਸੀਂ ਨਾਲ ਲੈ ਕੇ ਜਾਣਾ ਹੋਵੇਗਾ ਜੀ ਇਹਦੇ ਨਾਲ ਸਾਰੇ ਸਰਟੀਫਿਕੇਟ ਤੇ ਸਾਰੇ ਡਾਕੂਮੈਂਟ ਜਿਵੇਂ ਕਿ ਜ਼ ਜਿਹੜੀਆਂ ਨੇ ਉਹ ਵੀ ਨਾਲ ਲੈ ਕੇ ਜਾਣੀਆਂ ਹੋਣਗੀਆਂ ਇਹ ਨੋਟੀਫਿਕੇਸ਼ਨ ਦਾ ਲਿੰਕ ਮੈਂ ਤੁਹਾਨੂੰ ਮਿਲ ਜਾਏਗਾ ਏ ਆਈ ਏਅਰਪੋਰਟ ਸਰਵਿਸ ਲਿਮਿਟਿਡ ਵੱਲੋਂ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜੀ ਜੋ ਕਿ ਤੁਹਾਡੇ ਅੰਮ੍ਰਿਤਸਰ ਏਅਰਪੋਰਟ ਦੇ ਉੱਪਰ ਤੁਹਾਡੀਆਂ ਵੈਕੈਂਸੀਜ਼ ਰਹਿਣਗੀਆਂ ਸੋ ਇਹ ਅੱਜ ਦਾ ਨੋਟੀਫਿਕੇਸ਼ਨ ਹੈ ਜੀ ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ